ਸਤਿ ਸ਼੍ਰੀ ਅਕਾਲ ਜੀ ਪੰਜਾਬ ਬੋਲ ਦਾ ਦੇਖ ਰਹੇ ਸਰ ਦਰਸ਼ਕਾਂ ਦਾ ਮੈਂ ਮਨਦੀਪ ਸਿੰਘ ਸਵਾਗਤ ਕਰਦਾ ਦੋਸਤੋ ਦੇਸ਼ ਦੇ ਵਿੱਚ ਇੱਕ ਨਵਾਂ ਬਦਲਾਅ ਕਿਹਾ ਜਾ ਰਿਹਾ ਹੈ ਨਾਗਰਿਕਤਾ ਸੋਧ ਬਿੱਲ ਪਾਸ ਹੋ ਚੁੱਕਿਆ ਹੈ ਲੋਕ ਸਭਾ ਦੇ ਵਿੱਚ ਵੀ ਪਾਸ ਹੋ ਚੁੱਕਿਆ ਹੈ ਤੇ ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੀ ਇਹ ਬਿੱਲ ਪਾਸ ਹੋ ਚੁੱਕਿਆ ਹੈ ਹੁਣ ਦੇਸ਼ ਦੇ ਵਿੱਚ ਨਵਾਂ ਕਾਨੂੰਨ ਨਾਗਰਿਕਤਾ ਸੋਧ ਬਿੱਲ ਦੇ ਨਾਲ ਲਾਗੂ ਹੋਵੇਗਾ ਪਰ ਵੱਡਾ ਸਵਾਲ ਇਹ ਹੈਗਾ ਕਿ ਇਸ ਬਿੱਲ ਦੇ ਨਾਲ ਲਗਾਤਾਰ ਜਿਹੜਾ ਹੈਗਾ ਉਹ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਕਿਤਨਾ ਕਿਤੇ ਦੇਸ਼ ਦੇ ਨਾਗਰਿਕਤਾ ਦੇ ਲਈ ਇਹ ਬਿੱਲ ਕਾਫੀ ਲਾਹੇਵੰਦ ਸਾਬਿਤ ਹੋਵੇਗਾ ਪਰ ਪੰਜਾਬ ਦੇ ਲੋਕ ਇਸ ਬਿੱਲ ਬਾਰੇ ਕੀ ਸੋਚ ਰਹੇ ਨੇ ਯੂਥ ਇਸ ਬਿੱਲ ਬਾਰੇ ਕੀ ਸੋਚ ਰਿਹਾ ਹੈ ਇਹ ਨੌਜਵਾਨਾਂ ਤੋਂ ਜਾਣਦੇ ਹਾਂ ਕੁਝ ਨੌਜਵਾਨ ਸਾਡੇ ਨਾਲ ਮੌਜੂਦ ਹੈਗੇ ਨੇ ਜਾਣਦੇ ਹਾਂ ਕਿ ਇਸ ਬਿੱਲ ਦੇ ਬਾਰੇ ਕੀ ਸੋਚਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਕੀ ਨਾਮ ਹੈ ਮੇਰਾ ਨਾਮ ਬਲਿੰਦਰ ਹੈ ਜੀ ਤੇ ਅੰਬੇਡਕਰ ਸਟੂਨ ਅਸੋਸੀਏਸ਼ਨ ਤੋਂ ਮੈਂ ਮੈਂਬਰ ਆ ਜੀ ਅੱਛਾ ਕੀ ਕਿਵੇਂ ਦੇਖ ਰਹੇ ਹੋ ਇਹ ਬਿੱਲ ਜਿਹੜਾ ਹੈਗਾ ਇਹ ਉਹ ਲਾਗੂ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਸਰਕਾਰ ਕਹਿ ਰਹੀ ਹੈ ਕਿ ਇੱਕ ਬਿਹਤਰ ਕਦਮ ਹੈ ਵਿਰੋਧੀ ਤਰ੍ਹਾਂ ਕਹਿ ਰਹੀਆਂ ਨੇ ਕਿ ਸਰਕਾਰ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ ਪਰ ਕੀ ਲੱਗ ਰਿਹਾ ਹੈ ਕਿ ਇਸ ਬਿੱਲ ਦੇ ਨਾਲ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਉੱਤੇ ਜਿਹੜਾ ਜਾਂ ਫਾਇਦਾ ਹੋਵੇਗਾ ਜਾਂ ਫਿਰ ਨੁਕਸਾਨ ਦੇਖੋ ਜੀ ਇਹ ਪਹਿਲਾਂ ਅਸੀਂ ਗੱਲ ਕਰਾਂਗੇ ਜਿਹੜੇ ਕਨਸਟੀਟਿਊਸ਼ਨ ਅਸੈਂਬਲੀਆਂ ਦੀ ਜਿਹੜੇ ਡਿਬੇਟਸ ਹੋਏ ਨੇ ਜਦੋਂ ਕੋਈ ਵੀ ਐਮੈਂਡਮੈਂਟ ਕਿਸੇ ਵੀ ਛੋਅ ਦੇ ਵਿੱਚ ਹੁੰਦੀ ਹੈ ਸਾਨੂੰ ਉਹ ਕੰਨਸਟਿਟਿਊਂਟ ਅਸੈਂਬਲੀਆ ਜਿਹੜੀ ਜਿਹੜੀ ਡਿਬੇਟ ਹੋਈ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਨੇ ਚਾਹੀਦਾ ਹੈ ਕਿ ਜਿਹੜਾ ਅਸੀਂ ਬਿੱਲ ਲੈ ਕੇ ਆਣਾ ਹੈਗਾ ਉਹਦਾ ਮਕਸਦ ਕੀ ਹੋਣਾ ਚਾਹੀਦਾ ਉਹਦਾ ਜਿਹੜੀ ਆਮ ਜਨਤਾ ਆ ਜਾਂ ਦਲਿਤ ਆ ਵੂਮਨ ਆ ਹਰੋ ਫੀਲਡ ਦੇ ਵਿੱਚ ਉਹ ਸਾਡੇ ਦੇਸ਼ ਦੇ ਲੋਕ ਵਸਦੇ ਨੇ ਉਹਨਾਂ ਨੂੰ ਉਸ ਤੱਕ ਕੀ ਫਾਇਦਾ ਹੋਵਗਾ ਜਿਹੜਾ ਇਹ ਬਿੱਲ ਲੈ ਕੇ ਆਏ ਨੇ ਇਹ ਪੂਰਾ ਇੱਕ ਤਰ੍ਹਾਂ ਦਾ ਅਨ ਕਨਸਟੀਟਿਊਸ਼ਨ ਬਿੱਲ ਹੈਗਾ ਆ ਸੰਵਿਧਾਨ ਦੀ ਜਿਹੜਾ ਸੰਵਿਧਾਨ ਦੀ ਬਿਲਕੁਲ ਉਲੰਘਣਾ ਹੈਗੀ ਆ ਆਰਟੀਕਲ 14 ਆ ਜਿਹੜਾ ਆਰਟੀਕਲ 15 ਆ ਉਹਦੀ ਇਹ ਉਲੰਘਣਾ ਹੈਗਾ ਕੋਈ ਵੀ ਸਾਡੇ ਦੇਸ਼ ਦੇ ਵਿੱਚ ਸਿਟੀਜ਼ਨਸ਼ਿਪ ਆ ਉਹ ਰਿਲੀਜਨ ਦੇ ਅਕੋਰਡਿੰਗ ਨਹੀਂ ਦਿੱਤੀ ਜਾ ਸਕਦੀ ਇਹ ਜਿਹੜਾ ਵੀ ਇਹਨਾਂ ਨੇ ਇੱਕ ਰਿਲੀਜਨ ਨੂੰ ਛੱਡਿਆ ਹੈਗਾ ਆ ਇਹ ਮੁਸਲਿਮ ਰਿਲੀਜਨ ਨੂੰ ਛੱਡਿਆ ਹੈਗਾ ਉਹ ਆਰਟੀਕਲ 14 ਦੀ ਪੂਰੀ ਤਰ੍ਹਾਂ ਵੋਲੇਸ਼ਨ ਆ ਰਾਈਟ ਟੂ ਇਕਵੈਲਟੀ ਉਹ ਵੀ ਫੋਰ ਲਾ ਜਿਹੜੇ ਕਹਿੰਦਾ ਹੈਗਾ ਉਹਦੀ ਬ ਜਿਹੜਾ ਇਹ ਜਿਹੜੀ ਸਰਕਾਰ ਹੈ ਬੀਜੇਪੀ ਸਰਕਾਰ ਹੈ ਇਹ ਬਿਲਕੁਲ ਪੂਰੀ ਇਹ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਵੱਲ ਤੁਰੀ ਹੋਈ ਹੈ ਹੁਣ ਡਾਕਟਰ ਅੰਬੇਡਕਰ ਨੇ ਇਸ ਗੱਲ ਨੂੰ ਕਿਵੇਂ ਖਤਮ ਕੀਤਾ ਡਿਨਾਈ ਕੀਤਾ ਉਹ ਕਹਿੰਦੇ ਅਗਰ ਇਸ ਦੇਸ਼ ਅਗਰ ਹਿੰਦੂ ਰਾਸ਼ਟਰ ਬਣਦਾ ਹੈ ਤਾਂ ਇਹ ਦੇਸ਼ ਸਾਡੇ ਦੇਸ਼ ਲਈ ਡੈਮੋਕ੍ਰੇਸੀ ਲਈ ਖਤਰਾ ਹੋਏਗਾ ਸਾਡੇ ਦੇਸ਼ ਲਈ 브ਦਰਹੂਡ ਲਈ ਖਤਰਾ ਹੋਏਗਾ ਇੰਡੀਪੈਂਡੈਂਸ ਲਈ ਖਤਰਾ ਹੋਏਗਾ ਤੇ ਜਸਟਿਸ ਲਈ ਹਰ ਚੀਜ਼ ਲਈ ਖਤਰਾ ਹੋਏਗਾ ਉਹ ਜਿਹੜੀਆਂ ਚੀਜ਼ਾਂ ਇੱਕ ਦੇਸ਼ ਨੂੰ ਬਣਾ ਕੇ ਰੱਖਦੀਆਂ ਨੇ ਇਹਨਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਤੋੜ ਦਿੱਤਾ ਹੈਗਾ ਜਿਹੜੀ ਇੱਕ ਦੇਸ਼ ਨੂੰ ਯੂਨਿਟੀ ਕਾਇਮ ਕਰਨ ਦੇ ਵਿੱਚ ਸਾਨੂੰ ਸਾਨੂੰ ਮਦਦ ਦਿੰਦੀਆਂ ਨੇ ਉਹ ਖਤਮ ਕੀਤਾ ਨੇ ਹੁਣ ਦੇਖੋ ਤੇ ਜਿਹੜੇ ਇਹ ਦੇਸ਼ਾਂ ਨੂੰ ਇਸ ਦੇਸ਼ ਦੇ ਵਿੱਚ ਇਹਨਾਂ ਨੂੰ ਕੱਢ ਰਹੇ ਨੇ ਉਹ ਦੇਸ਼ ਉਹਨਾਂ ਨੂੰ ਕੌਣ ਅਡੌਪਟ ਕਰੇਗਾ 19 ਲੱਖ ਜਿਹੜੇ ਲੋਕ ਅਸਾਮ ਦੇ ਵਿੱਚੋਂ ਕੱਢਣਗੇ ਉਹ ਲੋਕ ਜਾਣਗੇ ਕਿੱਥੇ ਉਹ ਕੋਈ ਦੇਸ਼ ਉਹਨਾਂ ਨੂੰ ਨਹੀਂ ਕਰੇਗਾ ਕਿਉਂਕਿ ਉਹਨਾਂ ਦੇ ਜੰਮੇ ਇੱਥੇ ਨੇ ਉਹਨਾਂ ਦੇ ਦਾਦੇ ਪਰਦਾਦੇ ਵੀ ਇੱਥੇ ਹੀ ਨੇ ਉਹਨਾਂ ਦੀ ਡੈਥ ਹੋਈ ਆ ਤੇ ਹੁਣ ਤੋਂ ਇਲਾਵਾ ਜਿਹਨਾਂ ਨੂੰ ਇਹ ਮਾਈਨੋਰਟੀ ਛੱਡ ਰਹੇ ਵੀ ਉੱਥੋਂ ਸਾਡੇ ਦੇਸ਼ ਜਿਹੜੇ ਇੱਥੇ ਸਿਟੀਜ਼ਨਸ਼ਿਪ ਲੈਣ ਗਏ ਹੋ ਤੇ ਜਿਹੜਾ ਕਨਸਟੀਟਿਊਸ਼ਨ ਹੈਗਾ ਉਹ ਸਾਡੇ ਦੇਸ਼ ਦੇ ਵਿੱਚ ਅਲਪਸੰਖਿਆ ਉਹ ਨੇ ਜਿਹੜੇ ਸਾਡੇ ਦੇਸ਼ ਦੇ ਮਾਈਨੋਰਟੀ ਨਹੀਂ ਆ ਇਹ ਨਹੀਂ ਆ ਵੀ ਕਫ਼ਖਾਨੀਸਤਾਨ ਦੀ ਉੱਥੇ ਅਲਪਸੰਖਿਆ ਉਹ ਦੇਸ਼ ਦੇ ਸਾਡੇ ਨੇ ਜਿਹੜਾ ਸਵਿਧਾਨ ਆ ਉਹ ਸਾਡੇ ਦੇਸ਼ ਦੇ ਲੋਕਾਂ ਲਈ ਬਣਾਇਆ ਗਿਆ ਹੈ ਤੁਸੀਂ ਕਹਿ ਰਹੇ ਹੋ ਕਿ ਕਿਤਨਾ ਭਾਰਤ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਪਿਛਲੇ ਕਾਫੀ ਸਮੇਂ ਤੋਂ ਸ਼ਰਨਾਰਥੀ ਰਹ ਰਹੇ ਨੇ ਉਹਨਾਂ ਦੇ ਨਾਲ ਜਾਂ ਫਿਰ ਉਹਨਾਂ ਦਾ ਭਵਿੱਖ ਦਾਅ ਦੇ ਉੱਤੇ ਲੱਗ ਗਿਆ ਤੁਸੀਂ ਮੰਨਦੇ ਹੋ ਕਿ ਇਹ ਬਿੱਲ ਗਲਤ ਹੈ ਜਾਂ ਫਿਰ ਠੀਕ ਹੈ ਇਹ ਬਿਲਕੁਲ ਇਹ ਅਨਕਨਸਟੀਟਿਊਸ਼ਨਲ ਬਿੱਲ ਆ ਤਾਂ ਬਿਲਕੁਲ ਫਿਰ ਖਤਮ ਹੀ ਹੋ ਜਾਂਦਾ ਹੈ ਸਾਰੀ ਚੀਜ਼ਾਂ ਗਲਤ ਹੀ ਨੇ ਕਿਉਂਕਿ ਪਹਿਲਾਂ ਵੀ ਕਿ ਅਗਰ ਰਿਲੀਜੀਅਨ ਅਕੋਰਡਿੰਗ ਸਾਰੀਆਂ ਚੀਜ਼ਾਂ ਇਹ ਇੱਕ ਹਿੰਦੂ ਰਾਸ਼ਟਰੀ ਜ ਦੇਸ਼ ਨੂੰ ਬਣਾਉਣਾ ਚਾਹੁੰਦੇ ਆ ਕਿ ਜੋ ਵੀ ਬਿਲਕੁਲ ਗਲਤ ਹੈਗਾ ਆ ਪਰ ਸਰਕਾਰ ਤਾਂ ਕਹਿੰਦੀ ਹੈ ਕਿ ਸਾਰੇ ਧਰਮਾਂ ਨੂੰ ਬਰਾਬਰੀ ਦਾ ਹੱਕ ਦਿੰਦਾ ਇਹ ਬਿਲ ਸਾਰੇ ਇਸ ਦੇ ਨਾਲ ਬਰਾਬਰ ਹੋਣਗੇ ਚਾਹੇ ਕਿਸੇ ਵੀ ਧਰਮ ਦਾ ਹੋਵੇ ਸਰਕਾਰ ਦਾ ਇਹ ਵੀ ਤਰਕ ਹੈਗਾ ਕਿ ਇਕੱਲੇ ਮੁਸਲਮਾਨਾਂ ਨੂੰ ਜੇ ਇਸ ਦੇ ਵਿੱਚ ਫਾਇਦਾ ਦੇਣਾ ਹੈਗਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਰਕਾਰ ਜਿਹੜੀ ਇੱਕ ਧਰਮ ਦੇ ਵੱਲ ਪੱਖ ਰੱਖ ਰਹੀ ਹੈ ਸਰਕਾਰ ਜਾਂ ਗ੍ਰਹਿ ਮੰਤਰੀ ਕਹਿ ਰਹੇ ਨੇ ਕਿ ਸਾਰੇ ਧਰਮਾਂ ਨੂੰ ਇਸ ਦੇ ਵਿੱਚ ਜਿਹੜੀ ਹੈਗੀ ਉਹ ਬਰਾਬਰੀ ਦਾ ਅਧਿਕਾਰ ਦਿੱਤੇ ਜਾ ਰਹੇ ਨੇ ਦੇਖੋ ਜੀ ਬਰਾਬਰੀ ਦੇ ਅਧਿਕਾਰ ਤਾਂ ਇਹ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਪਤਾ ਹੈਗੇ ਉਹਨਾਂ ਦਾ ਚਲੋ ਆਪਣੇ 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 ਉਹਨਾਂ ਨੂੰ ਫੇਵਰਟ ਕਰਨਾ ਹੈ ਕਿ ਤਾਂ ਜੋ ਲੋਕ ਸਾਡੇ ਵੱਲ ਆਉਣ। ਪਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਇਹਨਾਂ ਦੀ ਇਹਨਾਂ ਦੀ ਹੈਗੀ ਆ ਸਾਇਕੀ ਹੈਗੀ ਆ ਉਹ ਕੌਣ ਚਲਾ ਰਹੇ ਨੇ? ਉਹ ਪੂਰਾ ਬ੍ਰਾਹਮਣਵਾਦਿਜ਼ਮ ਤੇ ਮਨੁਵਾਦੀ ਸਿਸਟਮ ਜਿਹੜਾ ਇਹਨਾਂ ਦੇ ਪਿੱਛੇ ਸਾਰਾ ਸੋਚ ਰੇ ਲਾਣਾ ਚਾਹੁੰਦੇ ਸਮਾਜ ਦੇ ਵਿੱਚ ਉਹਨਾਂ ਦਾ ਉਹਦੇ ਵਿੱਚ ਕੋਈ ਮੋਟਿਵ ਨਹੀਂ ਆਇਆਗਾ। ਇਕੁਐਲਿਟੀ ਦੀ ਗੱਲ ਕਿ ਕਿਤੂ ਨਹੀਂ ਇਹਨਾਂ ਨੇ। ਜੇ ਅਗਰ ਨਹੀਂ ਹੋ ਪ੍ਰੋਬਲਮ ਆਉਂਦੀ ਫਿਰ ਉਹਨਾਂ ਨੂੰ ਬਾਹਰ ਕਿਉਂ ਕੱਢਿਆ ਗਿਆ ਹੈ? ਪ੍ਰੋਬਲਮ ਇਹ ਹੈ ਕਿ ਜੀ ਬਹੁਤ ਬਹੁਤ ਧੰਨਵਾਦ ਸਰ ਨਾਲ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਸਸ ਜੀ ਮੇਰਾ ਨਾਮ ਸੋਨਾ ਸਿੰਘ ਤੇਜ ਜੀ ਹੈ ਔਰ ਮੈਂ ਡਿਪਾਰਟਮੈਂਟ ਹਿਸਟਰੀ ਦਾ ਅੱਛਾ ਜਿਵੇਂ ਨਾਗਰਿਕਤਾ ਸੋਧ ਬਿੱਲ ਪਾਸ ਹੋ ਚੁੱਕਿਆ ਹੈ ਕੀ ਲੱਗ ਰਿਹਾ ਹੈ ਕਿ ਸਰਕਾਰ ਦਾ ਇਹ ਕਦਮ ਕਿਸ ਤਰ੍ਹਾਂ ਦਾ ਕਦਮ ਹੈਗਾ ਸਹੀ ਫੈਸਲਾ ਹੈਗਾ ਜਾਂ ਫਿਰ ਗਲਤ ਫੈਸਲਾ ਹੈਗਾ ਅ ਚਾਹੇ ਜਿਹੜਾ ਕੈਬਾ ਜਾਂ ਐਨਸੀ ਜਿਹੜਾ ਹੈ ਐਨਆਰਸੀ ਦਾ ਜਿਹੜਾ ਇਸ ਤੋਂ ਪਹਿਲਾਂ ਨੇ ਦੇਖੋ ਅਸਾਮ ਦੇ ਵਿੱਚ ਇਹ ਇੱਕ ਪ੍ਰੈਕਟੀਕਲ ਜਿਹੜਾ ਉਹਨਾਂ ਨੇ ਕੀਤਾ ਜਿਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਲੋਕ ਨੇ ਉਹ ਹਿੰਦੂ ਹੀ ਉਹ ਲਾਗੇ ਪਉਨ ਉਸ ਤੋਂ ਬਿਨਾ ਹੁਣ ਅਗਲੇ ਉਸ ਬਿੱਲ ਦੀ ਜਿਹੜੀ ਐਮੈਂਡਮੈਂਟ ਆ ਜਾ ਰਹੀ ਹੈ ਇਹਨਾਂ ਨੂੰ ਗਲਤੀ ਉਹਨੂੰ ਫਿਰ ਤੋਂ ਜਿਹੜਾ ਸੋਧਣਾ ਚਾ ਰਹੇ ਨੇ ਇਹਦੇ ਵਿੱਚ ਕਿ ਕੈਪ ਤੁਸੀਂ ਸਿਟੀਜ਼ਨ ਐਮੈਂਡਮੈਂਟ ਵਿੱਚ ਜਿਹੜਾ ਜਿਹੜਾ ਇਹ ਬਿੱਲ ਆ ਉਹਨੂੰ ਲੈ ਲਓ ਬਿਲਕੁਲ ਇਹ ਇਸੇ ਤਰ੍ਹਾਂ ਦਾ ਜਿਹੜਾ ਫੀਨੋਮੈਨਾ ਆਇਆ ਸੀ ਹਿਸਟਰੀ ਦੇ ਵਿੱਚ ਦੇਖਦੇ ਆ ਕਿ ਜਿਹੜਾ ਹਿਟਲਰ ਵੀ ਇਸੇ ਤਰ੍ਹਾਂ ਦਾ ਫੀਨੋਮੈਨਾ ਲੈ ਕੇ ਆਉਂਦਾ ਕਿ ਜਿਹੜੇ ਉੱਥੇ ਜਿਹੜੇ ਉਹ ਹਿਟਲਰ ਦੀ ਜਿਹੜੇ ਕੌਮ ਵਾਲੇ ਲੋਕ ਆ ਉਹ ਉੱਥੇ ਉਹਨਾਂ ਨੂੰ ਲੱਗਦਾ ਕਿ ਮੁਲਕ ਲਈ ਲਈ ਜਾਂ ਖਤਰਾ ਨੇ ਸੇਮ ਤਰ੍ਹਾਂ ਦੇ ਇੱਥੇ ਕਿ ਸਾਡੇ ਜਿਹੜੇ ਸਿੱਖ ਨੇ 크ਰਿਸਚੀਅਨ ਨੇ ਪਾਰਸੀ ਨੇ ਜੈਨੀ ਨੇ ਬੋਧੀ ਨੇ ਜਿਹੜਾ ਹਿੰਦੂ ਜਮਦਾ ਜਿਹੜਾ ਫੋਲਡ ਆ ਉਹ ਮੰਨਦਾ ਕਿ ਸਾਰੇ ਸਾਡੇ ਵਿੱਚੋਂ ਹੀ ਨਿਕਲੇ ਹਨਾ 크ਰਿਸਚੀਅਨ ਨੂੰ ਛੱਡ ਕੇ ਬਾਕੀ ਜਿਹੜਾ ਮੁਸਲਮ ਮੁਸਲਮ ਤੌਰ ਨੂੰ ਇਹ ਜਿਹੜਾ ਆਰਐਸਐਸ ਦੀ ਜਿਹੜੀ ਆਈਡਿਓਲੋਜੀ ਆ ਉਹ ਪਹਿਲੇ ਤੋਂ ਦਿਨ ਤੋਂ ਹੀ ਉਹਨੂੰ ਮੇਨ ਜਿਹੜਾ ਜਿਹੜਾ ਹੈ ਦੁਸ਼ਮਣ ਦੇ ਤੌਰ ਤੇ ਉਹਨੂੰ ਜਿਹੜੇ ਚਿੰਨਤ ਕਰਦੀ ਹੈ ਪਰ ਅਸੀਂ ਜੋ ਦੇਖਦੇ ਹਾਂ ਕਿ ਇਸ ਮੁਲਕ ਨੂੰ ਬਣਾਉਣ ਦੇ ਵਿੱਚ ਇਸ ਮੁਲਕ ਨੂੰ ਰਹਿਣ ਯੋਗ ਬਣਾਉਣ ਦੇ ਵਿੱਚ ਜਿਹੜਾ ਮੁਸਲਮ ਇੰਟੈਲੀਜੈਂਸੀ ਆ ਜਿਹੜੇ ਮੁਸਲਮ ਜਿਹੜੇ ਨਾਗਰਿਕ ਨੇ ਇੱਥੋਂ ਦੇ ਉਹਨਾਂ ਦਾ ਬਹੁਤ ਵੱਡਾ ਰੋਲ ਆ 47 ਜਿਹੜਾ ਹੈ ਜਾਂ ਜਿਹੜੀ ਭਾਰਤ ਦੀ ਜਿਹੜੀ ਸਾਡੀ ਸੁਤੰਤਰਤਾ ਦੀ ਜਿਹੜੀ ਲੜਾਈ ਰਹੀ ਹੈ 100 ਕਾਲ ਜਿਹੜੀ ਸੁਤੰਤਰਤਾ ਦੀ ਲੜਾਈ ਰਹੀ ਹੈ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਇੰਟੈਲੀਜੈਂਸੀ ਆ ਜਿਹੜੇ ਮੁਸਲਮ ਲੋਕ ਸੀ ਉਹਨਾਂ ਦਾ ਵੱਡਾ ਜਿਹੜਾ ਰੋਲ ਆ ਉਹ ਬਿਲਕੁਲ ਡਨਾਹੀ ਕੀਤਾ ਜਾ ਰਿਹਾ ਨਾ ਔਰ ਇਹ ਹਿੰਦੂ ਰਾਸ਼ਟਰ ਦਾ ਜਿਹੜਾ ਬਿਲਕੁਲ ਜਿਹੜਾ ਬਣਾਉਣ ਵਾਲੀ ਜਿਹੜਾ ਵਧਨ ਵਾਲੇ ਕਦਮ ਆ ਤੇ ਅਸੀਂ ਜਿਹੜਾ ਔਰ ਇਹਦੇ ਨਾਲ ਕੀ ਹੋਇਆ ਜਿਹੜਾ ਮਿਨਿਓਰਿਟੀ ਖਾਸ ਕਰਕੇ ਮੁਸਲਿਮ ਜਿਹੜੇ ਇੱਥੋਂ ਦੇ ਨੇ ਉਹਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਦੇ ਤੌਰ ਤੇ ਤਾਂ ਪਹਿਲੋ ਹੀ ਦੇਖ ਰਹੇ ਆ ਨਾ ਜਿਹੜਾ ਹਿੰਦੂ ਜਮਹਤ ਦਾ ਜਿਹੜਾ ਵਿਜ਼ਨ ਆ ਉਹ ਇਸੇ ਤਰ੍ਹਾਂ ਦਾ ਹੀ ਹੈਗਾ ਔਰ ਜਿਹੜੇ ਅਮਿਤ ਸ਼ਾਹ ਹੈ ਜਾਂ ਦੂਸਰੇ ਸਾਡੇ ਇਹ ਕਦਮ ਜਿਹੜਾ ਹੈਗਾ ਸਰਕਾਰ ਦਾ ਇਹ ਧਰਮ ਨਿਰਪੱਖਤਾ ਦੀ ਜਿਹੜੀ ਦੇਸ਼ ਦੇ ਵਿੱਚ ਛਵੀ ਹੈਗੀ ਹੈ ਧਰਮ ਨਿਰਪੱਖਤਾ ਦਾ ਜਿਹੜਾ ਸੰਵਿਧਾਨ ਦੇ ਵਿੱਚ ਦਰਜਾ ਹੈਗਾ ਉਸ ਦੀ ਉਲੰਘਣਾ ਹੈਗੀ ਹੈ ਬੇਸਿਕਲੀ ਇਹਨਾਂ ਦਾ ਜਿਹੜਾ ਗਵਰਨਮੈਂਟ ਆ ਉਹੀ ਹਿੰਦੂਇਜ਼ਮ ਨੂੰ ਜਿਹੜਾ ਹੈ ਉਹ ਜਿਹੜਾ ਅਪਹੋਲਡ ਕਰਦੀ ਆ ਆਰਐਸਐਸ ਦੇ ਉਸ ਕਿਸਮ ਦੀ ਜਿਹੜੀ ਆਈਡਿਓਲੋਜੀ ਹੈ ਨਾ ਉਹ ਧਰਮ ਨਿਰਪੱਖਤਾ ਵਾਲੀ じゃ ਨਹੀਂ ਤੁਸੀਂ ਧਰਮ ਨਿਰਪੱਖਤਾ ਵਾਲਾ ਉਸ ਇਸ਼ੂ ਜਿਹੜਾ ਹੈ ਇਹਦੇ ਤੋਂ ਦੂਸਰਾ ਦੂਰ ਰਹਿ ਕੇ ਦੇਖੋਗੇ ਤਾਂ ਮੁਸਲਮਾਨ ਇਹਨਾਂ ਨੂੰ ਕਿਹ ਲਖਦਾ ਮੁਸਲਮਾਨਾਂ ਨੂੰ ਲੱਗਦਾ ਕਿ ਸਾਡੇ ਫਸਟ ਦੁਸ਼ਮਣ ਨੇ ਉਸ ਤੋਂ ਬਾਅਦ ਦਲਿਤ ਇਹਨਾਂ ਦੇ ਫਸਟ ਦੁਸ਼ਮਣ ਨੇ ਉਸ ਤੋਂ ਬਾਅਦ ਜਿਹੜੇ ਟ੍ਰਾਈਬਲ ਲੋਕ ਨੇ ਇਹਨਾਂ ਦੇ ਦੁਸ਼ਮਣ ਨੇ ਪਰ ਪ੍ਰਾਇਓਰਿਟੀ ਇਹਨਾਂ ਦੀ ਜਿਹੜੀ ਉਹ ਆ ਉਹ ਹੌਲੀ ਹੌਲੀ ਹੁਣ ਤੁਸੀਂ ਦੇਖਦੇ ਆ ਕਿ ਅਸਾਮ ਦੇ ਵਿੱਚ ਕੱਲ ਤੋਂ ਜਿਹੜੀਆਂ ਫੌਜਾਂ ਹਟਾ ਕੇ ਕਸ਼ਮੀਰ ਤੋਂ ਹਟਾ ਕੇ ਅਸਾਮਵਲ ਭੇਜ ਦਿੱਤੀਆਂ ਗਈਆਂ ਇਹ ਕਿਸ ਗੱਲ ਦਾ ਵੀ ਹੁਣ ਉੱਥੇ ਲੋਕ ਬੋਲਣਗੇ ਨਾ ਔਰ ਇਹ ਪੂਰੇ ਭਾਰਤ ਦੇ ਲਈ ਇਹ ਬਹੁਤ ਹੀ ਜਿਹੜਾ ਬਿੱਲ ਆ ਇਹ ਬਿਲਕੁਲ ਕਾਲਾ ਕਾਨੂੰਨ ਆ ਜਿਸ ਤਰ੍ਹਾਂ 1919 ਅੰਗਰੇਜ਼ਾਂ ਵੇਲੇ ਲੈ ਕੇ ਆਏ ਗਏ ਉਹ ਬਿਲਕੁਲ ਉਹ ਸਾਨੂੰ ਅੰਗਰੇਜ਼ਾਂ ਵੇਲੇ ਜਿਹੜੇ ਸਾਡੇ ਉਸ ਵੇਲੇ ਦੇ ਜਿਹੜੇ ਭਾਰਤੀ ਸੀ ਜਿਹੜੇ ਬਿੱਲ ਥੋਪੇ ਗਏ ਉਹਨਾਂ ਨੂੰ ਸਾਨੂੰ ਸਿਰਫ ਇੱਕ ਕਾਲੇ ਕਾਨੂੰਨ ਵਜੋਂ ਹੀ ਇਸ ਬਿੱਲ ਨੂੰ ਦੇਖਣਾ ਚਾਹੀਦਾ ਨਾ ਕਿ ਇਹਨੂੰ ਕਿਸੇ ਸੋਧਵਾਦੀ ਜਾ ਮਤਲਬ ਕੀ ਜਨਤਾ ਬਿੱਲ ਨਹੀਂ ਚਾਹ ਰਹੀ ਯੂਨੀਵਰਸਿਟੀਆਂ ਦੇ ਵਿੱਚ ਬੈਠੇ ਲੋਕ ਜਾਂ ਬਾਹਰ ਜਿਹੜਾ ਨੌਜਵਾਨ ਨੇ ਉਹ ਰੋਜ਼ਗਾਰ ਚਾ ਰਹੇ ਨੇ ਰੋਜ਼ਗਾਰ ਥੋੜੇ ਦਿਨ ਨੂੰ ਹੈ ਨਹੀਂਗਾ ਇਕਨੋਮੀਕ ਕ੍ਰਾਈਸਿਸ ਹੈ ਨਾ ਡੂੰਗਾ ਹੁੰਦਾ ਜਾ ਰਿਹਾ ਕਿ ਲੋਕਾਂ ਨੂੰ ਉਹਨਾਂ ਦੀ ਤੁਸੀਂ ਨੌਕਰੀ ਮੰਗਣ ਜਾ ਰਹੇ ਹੋ ਤੁਹਾਨੂੰ ਤੁਹਾਡੀ ਨੌਕਰੀ ਦੇਣ ਦੀ ਬਜਾਏ ਤੁਹਾਡੀ ਰਸਟਰੀ ਜਿਹੜੀ ਹੈਗੀ ਪਛਾਣ ਹੀ ਕਿਤਨਾ ਕਿਤੇ ਗਲਤ ਕਦਮ ਹੈਗਾ ਹਾਂ ਗਲਤ ਕਦਮ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਕਹਿਣਾ ਹੈ ਕਿ ਕਿਤਨਾ ਕਿਤੇ ਜੋ ਸਰਕਾਰ ਦਾ ਫੈਸਲਾ ਹੈਗਾ ਇਹ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਇਸ ਨੂੰ ਲਾਗੂ ਕੀਤਾ ਹੈ ਸਰਕਾਰ ਦਾ ਇਹ ਗਲਤ ਕਦਮ ਹੈ ਇਸ ਦੇ ਨਾਲ ਜਿਹੜੇ ਧਰਮ ਨਿਰਪੱਖਤਾ ਦੀ ਸ਼ਵੀ ਹੈਗੀ ਹੈ ਪੂਰੇ ਭਾਰਤ ਦੀ ਉਹ ਖਰਾਬ ਹੋ ਰਹੀ ਹੈ ਤੇ ਇਸ ਦੇ ਨਾਲ ਧਰਮ ਨਿਰਪੱਖਤਾ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਉਸ ਦੇ ਨਾਲ ਜਿਹੜੇ ਜਿੰਨੇ ਵੀ ਧਰਮ ਦੇ ਲੋਕ ਰਹਿੰਦੇ ਨੇ ਉਹਨਾਂ ਨੂੰ ਵੀ ਇਸ ਦੇ ਨਾਲ ਨੁਕਸਾਨ ਪਹੁੰਚ ਰਿਹਾ ਸੋ ਇਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਤੁਸੀਂ ਦੇਖਦੇ ਰਹੋ ਜਸਟੀਵੀ ब्रेक ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਤੇ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਨਾਗਰਿਕਤਾ ਸੋਧ ਬਿੱਲ ਜਿਹੜਾ ਪਾਸ ਹੋ ਚੁੱਕਿਆ ਹੈ ਇਸ ਦੇ ਨਾਲ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਦੇਸ਼ ਦੇ ਵਿੱਚ ਬਦਲਾਅ ਹੋਵੇਗਾ ਹਾਲਾਂਕਿ ਸਰਕਾਰ ਕਹਿੰਦੀ ਹੈ ਕਿ ਜਿਹੜੇ ਭਾਰਤ ਦੇ ਵਿੱਚ ਪਿਛਲੇ ਕਾਫੀ ਸਮਿਆਂ ਤੋਂ ਗੈਰ ਕਾਨੂੰਨੀ ਤੌਰ ਦੇ ਉੱਤੇ ਜਿਹੜੇ ਵਸਿੰਦੇ ਸ਼ਰਨਾਰਥੀ ਰਹਿ ਰਹੇ ਨੇ ਉਹਨਾਂ ਦੇ ਲਈ ਇਹ ਜਿਹੜਾ ਬਿੱਲ ਹੈ ਉਹ ਵਧੀਆ ਹੈਗਾ ਹੈ ਧਰਮ ਨਿਰਪੱਖਤਾ ਦੀ ਗੱਲ ਕਰਦਾ ਪਰ ਵਿਰੋਧੀ ਕਹਿ ਰਹੇ ਨੇ ਕਿ ਇਹ ਬਿੱਲ ਸੰਵਿਧਾਨ ਤੋਂ ਉਲਟ ਹੈਗਾ ਨੌਜਵਾਨ ਸਾਡੇ ਨਾਲ ਹੈਗੇ ਨੇ ਨਾ ਤੁਸੀਂ ਜਾਣਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਬਿੱਲ ਪੂਰੇ ਦੇਸ਼ ਦੇ ਵਿੱਚ ਲਾਗੂ ਹੋਵੇਗਾ ਤੇ ਇਸ ਦਾ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਪ੍ਰਭ ਪ੍ਰੀਤ ਨਾਮ ਹੈ ਜੀ ਅੱਛਾ ਪ੍ਰਭ ਪ੍ਰੀਤ ਸੰਵਿਧਾਨ ਦੇ ਵਿੱਚ ਜਿਹੜੀ ਗੱਲ ਕੀਤੀ ਜਾ ਰਹੀ ਹੈ ਹਰ ਪਾਸੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਨਾਗਰਿਕਤਾ ਸੋਧ ਬਿੱਲ ਦਾ ਇਸ ਬਿੱਲ ਨੂੰ ਕਿਵੇਂ ਦੇਖ ਰਹੇ ਹੋ ਅਹ ਦੱਖਣ ਅਫਰੀਕਾ ਦੇ ਵਿੱਚ ਅੰਗਰੇਜ਼ਾਂ ਨੇ ਇੱਕ ਬਿੱਲ ਲਿਆਂਦਾ ਤੇ ਉਹਦੇ ਵਿੱਚ ਕਿਹਾ ਕਿ ਜਿਹੜੇ ਗੋਰੇ ਲੋਕ ਨੇ ਉਹ ਇੱਥੇ ਜ਼ਿਆਦਾ ਵਧੀਆ ਰਹਿ ਸਕਦੇ ਨੇ ਤੇ ਕਾਲੇ ਲੋਕਾਂ ਦੇ ਉੱਤੇ ਅਸੀਂ ਜਿਹੜੇ ਨੇ ਬਾਕੀ ਜਿਹੜੇ ਵਿਰੋਧਧੜੀ ਵਾਲੇ ਟੈਕਸ ਲਾਵਾਂਗੇ ਤੇ ਕਾਨੂੰਨ ਹਮੇਸ਼ਾ ਚੰਗਾ ਹੋਵੇ ਜ਼ਰੂਰੀ ਨਹੀਂ ਕਾਨੂੰਨ ਨੂੰ ਮਾਪਣ ਦਾ ਤਰੀਕਾ ਇਹ ਹੀ ਹੁੰਦਾ ਕਿ ਲੋਕਾਂ ਦੇ ਵਿੱਚ ਉਹਦੀ ਸਭਿਕ੍ਰਿਤੀ ਕਿਹੋ ਜੀ ਹੈ ਅਜੀਬ ਗੱਲ ਹੈ ਕਿ ਜਦੋਂ 370 ਉੱਤੇ ਕਾਨੂੰਨ ਆਂਦਾ ਤੇ ਜਿਨ੍ਹਾਂ ਹਾਸਤੇ ਕਾਨੂੰਨ ਆਂਦਾ ਉੱਥੇ ਕਰਫਿਊ ਲਾ ਦਿੱਤਾ ਜਾਂਦਾ ਅੱਜ ਇਹ ਕਾਨੂੰਨ ਉਹਨਾਂ 7 ਸੂਬਿਆਂ 'ਤੇ ਆਇਆ ਅਸਾਮ ਤੇ ਨਾਗਾਲੈਂਡ ਤੇ ਤ੍ਰਿਪੁਰਾ ਉੱਥੋਂ ਦੇ ਲੋਕਾਂ ਨੂੰ ਕਰਫਿਊ ਲਾ ਕੇ ਨੈੱਟ ਉਹਨਾਂ ਦਾ ਬੰਦ ਕਰਕੇ ਉਹਨਾਂ ਦੇ ਉੱਤੇ ਕਾਨੂੰਨ ਲਾਗੂ ਕੀਤਾ ਜਾ ਰਿਹਾ ਕਾਨੂੰਨ ਹਮੇਸ਼ਾ ਠੀਕ ਹੋਵੇ ਜ਼ਰੂਰੀ ਨਹੀਂ ਅੱਜ ਪੂਰੇ ਭਾਰਤ ਦੇ ਵਿੱਚ ਜਿਸ ਕਾਨੂੰਨ ਦਾ ਵਿਰੋਧ ਹੋ ਰਿਹਾ ਉਹ ਸਿਰਫ ਅਮਿਤ ਸ਼ਾਹ ਦੇ ਨਜ਼ਰੀਏ ਨਾਲ ਨਹੀਂ ਦੇਖਿਆ ਜਾ ਸਕਦਾ ਤੇ ਸਟੂਡੈਂਟ ਹੋਣ ਦੇ ਨਾਤੇ ਸਾਡਾ ਇਹ ਸਮਝਣਾ ਹੈ ਕਿ ਇਹ ਭਾਰਤ ਦਾ ਦੂਜਾ ਵਟਵਾਰਾ ਇਹ ਜਿੰਨਾ ਤੇ ਸਵਰਕਰ ਵਾਲੀ ਨੀਤੀ ਹੈ ਭਾਰਤ ਨੂੰ ਦੁਬਾਰਾ ਵੰਡਿਆ ਜਾ ਰਿਹਾ ਤੇ ਜਦੋਂ ਬਹੁ-ਕੌਮੀ ਦੇਸ਼ ਨੂੰ ਜਿੱਥੇ ਅਲੱਗ-ਅਲੱਗ ਭਾਸ਼ਾਵਾਂ ਅਲੱਗ-ਅਲੱਗ ਤਰ੍ਹਾਂ ਦੇ ਲੋਕ ਹੋਣ ਉਹਨਾਂ ਚੋਂ ਕਿਸੇ ਇੱਕ ਕੌਮ ਨੂੰ ਜਾਂ ਕਿਸੇ ਇੱਕ ਫਿਰਕੇ ਨੂੰ ਟਾਰਗੇਟ ਕਰਕੇ ਜਦੋਂ ਫੈਸਲੇ ਕੀਤੇ ਜਾਂਦੇ ਨੇ ਤੇ ਉਹ ਦੇਸ਼ ਦੇ ਸੈਕੂਲਰ ਢਾਂਚੇ ਦੇ ਉੱਤੇ ਹਮਲਾ ਇਸ ਵਾਰ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਦੀ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਕਦੀ ਦਲਿਤਾਂ ਨੂੰ ਕੀਤਾ ਜਾਂਦਾ ਕਦੀ ਮਹਿਲਾਵਾਂ ਨੂੰ ਕੀਤਾ ਜਾਂਦਾ ਇਹ ਇੰਜ ਲੱਗਦਾ ਕਿ ਜਿਵੇਂ ਭਾਰਤ ਸਰਕਾਰ ਸੰਵਿਧਾਨ ਦੀ ਜਗ੍ਹਾ ਮਨੁਸਮ੍ਰਿਤੀ ਲਾਗੂ ਕਰਨਾ ਚਾਹੁੰਦੀ ਹੈ ਇਹ ਸਭ ਮਨੁਸਮ੍ਰਿਤੀ ਵਰਗਾ ਹੈ ਤੇ ਭਾਰਤ ਦਾ ਦੁਬਜਾ ਵਟਵਾਰਾ ਅੱਛਾ ਕਿਵੇਂ ਜੇਕਰ ਮੈਂ ਸਿੱਖਾਂ ਦੀ ਗੱਲ ਕਰਾਂ ਇਸ ਬਿੱਲ ਦੇ ਵਿੱਚ ਸਿੱਖਾਂ ਦੇ ਲਈ ਕੀ ਕੁਝ ਖਾਸ ਰੱਖਿਆ ਗਿਆ ਹੈ ਜਾਂ ਫਿਰ ਕੀ ਲਾਭ ਮਿਲ ਸਕਦਾ ਹੈ ਕਿਸ ਤਰੀਕੇ ਨਾਲ ਦੇਖਦੇ ਹੋ ਦਰਅਸਲ ਸਵਾਲ ਸਿਰਫ ਸਿੱਖਾਂ ਦਾ ਸਿੱਖਾਂ ਨੂੰ ਅਡ ਕਰਕੇ ਨਹੀਂ ਦੇਖਿਆ ਜਾ ਸਕਦਾ no doubt ਹੈ ਬਿੱਲ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਿੱਖਾਂ ਨੂੰ ਇਸਾਈਆਂ ਨੂੰ ਇਹ ਆਹੋਰ ਜਿਹੜੇ ਭਾਰਤ ਦੇ ਵਿੱਚ ਧਰਮ ਨੇ ਜਿਹੜੇ ਬੰਗਲਾਦੇਸ਼ ਤੋਂ afghanistan ਤੋਂ pakistan ਤੋਂ ਇੱਥੇ ਆਏ ਉਹਨਾਂ ਨੂੰ ਨਾਗਰਿਕਤਾ ਜਿਹੜੀ ਮਿਲ ਸਕਦੀ ਹੈ ਚੰਗਾ ਕਦਮ ਹੈ ਅਸੀਂ ਉਹਦਾ ਸਵਾਗਤ ਵੀ ਕਰਦੇ ਹਾਂ ਕਿ ਠੀਕ ਹੈ ਨਾਗਰਿਕਤਾ ਮਿਲਣੀ ਚਾਹੀਦੀ ਹੈ ਜਿੰਨਾ ਲੋਕਾਂ ਦੇ ਤੱਕਾ ਹੁੰਦਾ ਪਰ ਜਿਹੜੇ pakistan ਦੇ ਵਿੱਚ ਅਹਿਮਦੀਆ ਮੁਸਲਮਾਨ ਨੇ ਜਿਹੜੇ ਉੱਥੇ ਮਨੋਰਿਟੀ ਨੇ ਉਹਨਾਂ ਨਾਲ ਤੱਕਾ ਹੁੰਦਾ ਦੁਨੀਆ ਭਰ ਦੇ ਲੋਕ ਜਿੱਥੇ ਲੋਕਾਂ ਨਾਲ ਤੱਕਾ ਹੁੰਦਾ ਅਸੀਂ ਸ਼ਰਨਾਰਥੀ ਹੋਣ ਦੇ ਨਾਲ ਤੇ ਉਹਨਾਂ ਨੂੰ ਨਾਗਰਿਕਤਾ ਕਿਉਂ ਨਹੀਂ ਦੇ ਸਕਦੇ ਧਰਮ ਦੇ ਆਧਾਰ ਦੇ ਉੱਤੇ ਖਾਸ ਕਿਉਂ ਤੇ ਜੇ ਅੱਜ ਧਰਮ ਦੇ ਆਧਾਰ ਦੇ ਉੱਤੇ ਮੁਸਲਮਾਨਾਂ ਨੂੰ ਹ ਤੋ ਦੰਦੂਰ ਨਹੀਂ ਜਦੋਂ ਸਿੱਖਾਂ ਨੂੰ ਹਟਾਤਾ ਜਾਏ ਪਰ ਅਮਿਤ ਸ਼ਾਹ ਦਾ ਇਹ ਕਹਿਣਾ ਹੈਗਾ ਕਿ ਪਾਕਿਸਤਾਨ ਦੇ ਵਿੱਚ afghanistan ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਮੁਸਲਮਾਨ ਭਾਈਚਾਰਾ ਘੱਟ ਗਿਣਤੀ ਦੇ ਵਿੱਚ ਨਹੀਂ ਹੈਗਾ ਜਿਹੜੇ ਸਿੱਖ ਹੈਗੇ ਨੇ Hindu ਹੈਗੇ ਨੇ Bodhi ਹੈਗੇ ਨੇ ਜਾਂ ਫਿਰ Jaini ਹੈਗੇ ਨੇ ਹੋਰ ਜਿਹੜੇ ਤਮਾਮ ਇਸ ਬਿਲ ਦੇ ਵਿੱਚ ਧਰਮ ਹੈਗੇ ਨੇ ਉਹ ਘੱਟ ਗਿਣਤੀ ਹੈਗੇ ਨੇ ਜਿਸ ਕਰਕੇ ਘੱਟ ਗਿਣਤੀਆਂ ਨੂੰ ਖਤਰਾ ਹੈਗਾ ਇਸ ਕਰਕੇ ਜਿਹੜਾ ਇਹ ਬਿਲ ਦੇ ਵਿੱਚ ਉਹਨਾਂ ਨੂੰ ਜਗ੍ਹਾ ਦਿੱਤੀ ਗਈ ਹੈ ਕਿਵੇਂ ਦੇਖ ਰਿਓ ਇਹ ਤਰਕ ਨੂੰ ਬੀਜਪੀ ਦੀ ਸਭ ਤੋਂ ਵੱਡੀ ਸਮੱਸਿਆ ਕਿ ਉਹ ਪੜਲ ਦੇ ਲਿਖਦੇ ਨਹੀਂ ਉਹਨਾਂ ਦੇ ਕੋਲ ਫੈਕਟ ਦੀ ਜੜੀ ਹੈ ਕਮੀ ਹੈ ਉਹਨਾਂ ਨੂੰ ਪੜ੍ਹਾਈ ਲਿਖਾਈ ਦੇ ਨਾਲ ਵਾਸਤਾ ਨਹੀਂ ਜੇ ਉਹਨਾਂ ਨੂੰ ਪਤਾ ਹੋਵੇ ਤੇ ਅਹਿਮਦੀਆ ਮੁਸਲਮਾਨ ਪਾਕਿਸਤਾਨ ਦੇ ਵਿੱਚ ਮਿਨੋਰਿਟੀ ਹੈ ਉਹਨੂੰ ਮੁਸਲਮਾਨ ਨੂੰ ਮੁਸਲਮਾਨ ਨਹੀਂ ਮੰਨਦੇ ਮਿਨੋਰਿਟੀ ਮੰਨਦੇ ਆ ਤੇ ਮਿਨੋਰਿਟੀ ਦੇ ਨਾਲ ਧੱਕਾ ਹੁੰਦਾ ਤੇ ਦੁਨੀਆ ਦੇ ਵਿੱਚ 20 ਤੋਂ ਵੱਧ ਮੁਲਕ ਨੇ ਜਿਹੜੇ ਮੁਸਲਮਾਨ ਨੇ ਉਥੇ ਮੁਸਲਮਾਨਾਂ ਤੋਂ ਇਲਾਵਾ ਜਿਹੜੇ ਬਾਕੀ ਨੇ ਉਹਨਾਂ ਦੇ ਨਾਲ ਤੱਕਾ ਹੁੰਦਾ ਤੇ ਤੱਕਾ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਮਿਨੋਰਿਟੀਆਂ ਨਾਲ ਹੁੰਦਾ ਭਾਰਤ ਦੇ ਵਿੱਚ 1984 ਵਾਪਰਿਆ 2002 ਦਾ ਗੋਦਰਾ ਕਾਂਡ ਭਾਰਤ ਦੇ ਵਿੱਚ ਵਾਪਰਿਆ ਹਰ ਰੋਜ਼ ਕਦੀ ਪਹਿਲੂ ਖਾਨ ਦੇ ਨਾਂ ਦੇ ਉੱਤੇ ਕਦੀ اخلاق ਦੇ ਨਾਂ ਦੇ ਉੱਤੇ ਮੁਸਲਮਾਨਾਂ ਨੂੰ ਮਾਰਿਆ ਜਾਂਦਾ ਦਲਿਤਾਂ ਨੂੰ ਮਾਰਿਆ ਜਾਂਦਾ ਗੁਜਰਾਤ ਦੇ ਵਿੱਚ ਦਲਿਤਾਂ ਦੇ ਉੱਤੇ ਉਹਨਾਂ ਨੂੰ ਨੰਗਾ ਕਰਕੇ ਕੁੱਟਿਆ ਜਾਂਦਾ ਦਲਿਤ ਹਿੰਦੂ ਨੇ ਪਰ ਘਟ ਗਿਣਤੀ ਨੇ ਮਿਨੋਰੀਟੀ ਅਗਰਗਾਰ ਐਕਟ ਹੁੰਦਾ ਉਹਨਾਂ ਦੇ ਨਾਲ ਉਹਨਾਂ ਨਾਲ ਧੱਕਾ ਕੀਤਾ ਜਾਂਦਾ ਧੱਕੇ ਦਾ ਜਵਾਬ ਲੋਕਾਂ ਨੂੰ ਟਾਰਗੇਟ ਕਰਕੇ ਨਹੀਂ ਕੀਤਾ ਜਾ ਸਕਦਾ ਧੱਕੇ ਦਾ ਜਵਾਬ ਸਭ ਨੂੰ ਬਰਾਬਰਤਾ ਦੇ ਕੇ ਦਿੱਤਾ ਜਾ ਸਕਦਾ ਭਾਰਤ ਦੇ ਕੋਲ ਮੌਕਾ ਸੀ ਹੁਣ ਬਰਾਬਰਤਾ ਖਤਮ ਹੋ ਰਹੀ ਹੈ ਅਸੀਂ ਮੰਨਦੇ ਹਾਂ ਕਿ ਭਾਰਤ ਦਾ ਸੈਕੂਲਰ ਢਾਂਚਾ ਬਰਬਾਦ ਹੋ ਰਿਹਾ ਤੇ ਭਾਰਤ ਦਾ ਡੈਮੋਗ੍ਰਾਫਿਕ ਸਟਰਕਚਰ ਨੂੰ ਵਿਗਾੜਨ ਦੀ ਕੋਸ਼ਿਸ਼ ਹੈ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਬਿੱਲ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਤਾਂ ਲੋਕਾਂ ਨੂੰ ਸ਼ਰਨਾਰਥੀ ਹੋਣ ਦੇ ਨਾਤੇ ਜਿਹੜੇ ਉਹਨਾਂ ਦੇ ਅਧਿਕਾਰ ਬੰਦੇ ਨੇ ਉਹਨਾਂ ਨੂੰ ਮਿਲਣੇ ਚਾਹੀਦੇ ਅਸੀਂ ਤੇ ਕਹ ਕਿਹ ਹੱਥ ਧੱਕਾ ਹੋਣ ਵਾਲਿਆਂ ਨੂੰ ਅਸੀਂ ਸਵਕਾਰ ਕਰਦੇ ਆਂ ਬੁੱਧ ਦਾ ਨਾਨਕ ਦਾ ਤੇ ਉਹਨਾਂ ਦਾ ਦੇਸ਼ ਹੈ ਇਹ ਕਿਸ ਤਰ੍ਹਾਂ ਦਾ ਵਰਤਾਰਾ ਹੈ ਕਿ ਤੁਸੀਂ ਲੋਕਾਂ ਨਾਲ ਧੱਕਾ ਕਰੋਗੇ ਤੇ ਉਸ ਤੋਂ ਬਾਅਦ ਲੋਕਾਂ ਨੂੰ ਇਹ ਜਾਇਜ਼ ਕਹਾਓਗੇ ਕਿ ਹਿੰਦੂਓ ਤੁਸੀਂ ਪਿੱਛੇ ਹਟ ਜਾਓ ਮੁਸਲਮਾਨਾਂ ਨਾਲ ਅਸੀਂ ਧੱਕਾ ਕਰਾਂਗੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕਿਉਂਕਿ ਨੌਜਵਾਨ ਵਰਗ ਨੂੰ ਕਾਫੀ ਕੁਝ ਨੂੰ ਪਤਾ ਵੀ ਹੈਗਾ ਨਹੀਂ ਤੁਸੀਂ ਕਾਫੀ ਜਾਣਕਾਰੀ ਰੱਖਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਪਰਗਟ ਸੇ ਅੱਛਾ ਪਰਗਟ ਨਾਗਰਿਕਤਾ ਸੋਧ ਬਿੱਲ ਪਾਸ ਹੋਇਆ ਹੈ ਕੀ ਮੰਨਦੇ ਹੋ ਕਿ ਕੇਂਦਰ ਸਰਕਾਰ ਦਾ ਫੈਸਲਾ ਕਿਸ ਤਰੀਕੇ ਦੇ ਨਾਲ ਹੈ ਚੰਗਾ ਫੈਸਲਾ ਹੈ ਜਾਂ ਫਿਰ ਗਲਤ ਫੈਸਲਾ ਜਿਹੜਾ ਲਿਆ ਗਿਆ ਨਹੀਂ ਚੰਗਾ ਫੈਸਲੇ ਦੀ ਤਾਂ ਇਹ ਚ ਗੱਲ ਆਪਾਂ ਮੰਨਦੇ ਵੀ ਚੰਗਾ ਫੈਸਲਾ ਜਿੱਦਾਂ ਕਿ 370 ਦਾ ਪਹਿਲਾਂ ਪਿੱਛੇ ਜੇ ਇਹਨਾਂ ਨੇ ਆਪਦਾ ਬਿੱਲ ਉਹਦੋਂ ਵੀ ਉਹ ਪਾਸ ਕੀਤਾ ਸੀ ਉਦੋਂ ਵੀ ਪਤਾ ਨਹੀਂ ਕਿੰਨੇ ਲੋਕ ਤੰਗ ਹੋਏ ਕੀ ਹੋਇਆ ਕੀ ਨਹੀਂ ਇਹੀ ਗੱਲ ਆ ਵੀ ਦੇਸ਼ ਵੰਡਿਆ ਜਾ ਰਿਹਾ ਇੱਕ ਹਿਸਾਬ ਦੇ ਨਾਲ ਵੀ ਮੰਨ ਲਓ ਵੀ ਆਪਾਂ ਠੀਕ ਹੈ ਸ਼ਰਨਾਰਥੀ ਲੋਕਾਂ ਨੂੰ ਇਹ ਕਹਿੰਦੇ ਆ ਵੀ ਅਸੀਂ ਉਹ ਕਰ ਦਾਂਗੇ ਵੀ ਮੰਨ ਲਾ ਸਿਟੀਜ਼ਨਸ਼ਿਪ ਜਿੱਦਾਂ ਕਰਕੇ ਕੋਈ ਤੋਕ ਜਾਂ ਨਹੀਂ ਮੈਂ ਇਹਨੂੰ ਚੰਗਾ ਫੈਸਲਾ ਮੰਨਦਾ ਵੀ ਠੀਕ ਹੈ ਲੋਕਾਂ ਦਾ ਰਹਿਣਾ ਸਹਿਣਾ ਹੋਰ ਹੋ ਜੂਗਾ ਸਾਰਾ ਕੁਝ ਇੱਕ ਪਤਾ ਨਹੀਂ ਕਿਹੋ ਜਿਹਾ ਫੈਕਟਰ ਹੋ ਰਿਹਾ ਵੀ ਕੋਈ ਲੋਕਾਂ ਨੂੰ ਇੰਟੀਮੇਸ਼ਨ ਨਹੀਂ ਕੋ ਲੈਣਾ ਦੇਣਾ ਨਹੀਂ ਇੱਕੋ ਦਾਮ ਹੀ ਇਹ ਕੋਈ ਨਾ ਕੋਈ ਬਿਲ ਪਾਸ ਕਰ ਦਿੰਦੇ ਆ ਉਹ ਬਿਲ ਤੋਂ ਕੋਈ ਚੰਗਾ ਫੈਸਲਾ ਨਹੀਂ ਜਾਂਦਾ ਅੱరే ਤੁਸੀਂ ਮੰਨਦੇ ਹੋ ਕਿ ਇਹ ਬਿਲ ਨੂੰ ਜਿਹੜਾ ਹੈਗਾ ਇਹ ਉਹ ਜਾਂ ਸਰਕਾਰ ਨੇ ਆਪਣਾ ਜਿਹੜਾ ਪ੍ਰੈਸ਼ਰ ਕਿਤੇ ਨਾ ਕਿਤੇ ਕ੍ਰੀਏਟ ਕੀਤਾ ਹੈ ਜਨਤਾ ਦੇ ਉੱਤੇ ਇੱਕਦਮ ਲਾਗੂ ਕਰਕੇ ਕੀ ਲੱਗ ਰਿਹਾ ਹੈ ਕਿ ਇਸ ਦਿਨ ਨਾਲ ਧਰਮ ਨਿਰਪੱਖਤਾ ਜਿਹੜੀ ਹੈਗੀ ਉਹ ਖਤਮ ਹੋ ਰਹੀ ਹੈ ਹਾਂਜੀ ਧਰਮ ਧਰਮ ਨੂੰ ਵੰਡਿਆ ਜਾ ਰਿਹਾ ਹੈ ਇੱਕ ਹਿਸਾਬ ਦੇ ਨਾਲ ਵੀ ਮੰਨ ਲਓ ਵੀ ਹੁਣ ਇਹ ਕਹਿੰਦੇ ਆ ਵੀ ਅਸੀਂ ਮੁਸਲਮਾਨਾਂ ਦੇ ਥਰੂ ਵਿਯੋਗ ਕੀਤਾ ਜਾਉ ਕੀਤਾ ਧਰਮ ਦੀ ਨਰ ਕੋਈ ਉਹਨੂੰ ਐਮੇਤ ਨਹੀਂ ਦਿੱਤੀ ਜਾ ਰਹੀ ਮੇਰੇ ਹਿਸਾਬ ਦੇ ਨਾਲ ਤਾਂ ਇਹੀ ਗੱਲ ਆ ਵੀ ਕੋਈ ਐਮੇਤ ਨਹੀਂ ਤੇ ਧਰਮ ਨੂੰ ਵੰਡਿਆ ਜਾ ਰਿਹਾ ਤੇ ਲੋਕਾਂ ਨੂੰ ਸ਼ਰਿਆਮ ਪਤਾ ਲੱਗਦਾ ਹੈ ਵੀ ਇਹ ਵੀ ਵੀ ਸਾਡੇ ਲਈ ਵੀ ਇੱਕੋ ਇੱਕ ਮਤਲਬ ਕਿ ਸਾਰੇ ਲੋਕਾਂ ਲਈ ਇੱਕੋ ਇਕੁਅਲ ਫੈਸਲਾ ਨਹੀਂ ਹਰੇਕ ਲੋਕਾਂ ਲਈ ਕੋਈ ਅਲੱਗ ਫੈਸਲਾ ਮੰਨ ਲਓ ਕੋਈ ਸਿੱਖਾਂ ਦੇ ਕੱਲ ਨੂੰ ਕੋਈ ਦਾਗ ਲਾਉਂਦਾ ਕੋਈ ਠੀਕ ਹੈ ਇਹ ਹੁਣ ਇਹ ਮੇਰੇ ਸੁਣ ਚਾਰੇ ਵੀ ਇਹ ਮੁਸਲਮਾਨਾਂ ਦੇ ਥਰੂ ਇਹ ਆ ਰਿਹਾ ਤੇ ਆਬਵੀਅਸ ਧਰਮ ਵੰਡਿਆ ਹੀ ਗਿਆ ਉਸ ਇਤਿਹਾਸ ਨੂੰ ਨਾਲ ਦੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਬਿੱਲ ਨੂੰ ਲਾਗੂ ਕੀਤਾ ਗਿਆ ਹੈ ਇੱਕ ਤਾਨਾਸ਼ਾਹੀ ਫੈਸਲਾ ਹੈ ਹਿਟਲਰ ਦੇ ਨਾਲ ਕੁਝ ਨੌਜਵਾਨਾਂ ਨੇ ਇਸ ਨੂੰ ਕੰਪੇਅਰ ਕੀਤਾ ਹੈ ਕਿਤੇ ਨਾਲ ਦੀ ਨਾਲ ਮੰਗ ਕੀਤੀ ਹੈ ਕਿ ਇਸ ਨੂੰ ਤੁਰੰਤ ਜਿਹੜਾ ਵਾਪਸ ਲਿਆ ਜਾਵੇ ਤੇ ਦੇਸ਼ ਦੀ ਜਿਹੜੀ ਧਰਮ ਨਿਰਪੱਖਤਾ ਵਾਲਾ ਅਕਸ ਹੈ ਉਸ ਨੂੰ ਬਰਕਰਾਰ ਰੱਖਿਆ ਜਾਵੇ ਕਿਉਂਕਿ ਸਾਰੇ ਧਰਮਾਂ ਨੂੰ ਦੇਸ਼ ਦੇ ਵਿੱਚ ਬਰਾਬਰੀ ਦੇ ਅਧਿਕਾਰ ਨੇ ਤੇ ਇਸ ਬਿੱਲ ਦੇ ਨਾਲ ਨੌਜਵਾਨਾਂ ਦਾ ਕਹਿਣਾ ਹੈ ਕਿ ਬਰਾਬਰੀ ਦੇ ਅਧਿਕਾਰ ਜਿਹੜੇ ਹੈਗੇ ਨੇ ਉਹ ਖਤਮ ਹੋ ਰਹੇ ਨੇ ਸੋ ਜੋ ਬ੍ਰੇਕ ਦੇ ਲਈ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਤੇ ਲਗਾਤਾਰ ਗੱਲਬਾਤ ਕਰ ਰਹੇ ਆ ਕਿ ਨਾਗਰਿਕਤਾ ਸੋਧ ਬਿੱਲ ਪਾਸ ਹੋ ਚੁੱਕੇ ਇਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਜਿੱਥੇ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਤਾਂ ਕੁਝ ਲੋਕ ਹਮਾਇਤ ਵੀ ਕਰਦੇ ਦਿਖਾਈ ਦੇ ਰਹੇ ਨੇ ਪਰ ਵੱਡਾ ਸਵਾਲ ਇਹ ਹੈਗਾ ਕਿ ਇਸ ਬਿੱਲ ਦੇ ਨਾਲ ਜਿਹੜਾ ਹੈਗਾ ਉਹ ਧਰਮ ਨਿਰਪੱਖਤਾ ਦੀ ਜਿਹੜੀ ਗੱਲ ਦੇਸ਼ ਦੇ ਵਿੱਚ ਕੀਤੀ ਜਾ ਰਹੀ ਹੈ ਉਸ ਨੂੰ ਕਿਤੇ ਜਿਹੜੀ ਹੈਗੀ ਆ ਉਹ ਢਾਹ ਤਾਂ ਨਹੀਂ ਲੱਗ ਰਹੀ ਨੌਜਵਾਨ ਸਾਡੇ ਨਾਲ ਮੌਜੂਦ ਹੈਗੇ ਨੇ ਜਾਣਦੇ ਆ ਕਿ ਇਹ ਬਿੱਲ ਕਿਸ ਤਰੀਕੇ ਦੇ ਨਾਲ ਲਾਗੂ ਹੋਵੇਗਾ ਇਸ ਦਾ ਦੇਸ਼ ਦੇ ਧਰਮ ਨਿਰਪੱਖਤਾ 'ਤੇ ਕੋਈ ਢਾਹ ਤਾਂ ਨਹੀਂ ਲੱਗਦੀ ਜਾਂ ਫਿਰ ਨੌਜਵਾਨ ਸੋਚ ਕੀ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਮੈਂ ਪੰਜਾਬ ਯੂਨੀਵਰਸਿਟੀ ਆਪਣਾ ਵੂਮਨ ਸਟਡੀ ਦਾ ਸਟੂਡੈਂਟ ਹਾਂ ਦੇਖੋ ਅੱਛਾ ਕਿਵੇਂ ਦੇਖ ਰਹੇ ਹੋ ਇਸ ਬਿੱਲ ਨੂੰ ਕਿਉਂਕਿ ਜਿਹੜਾ ਰਾਜ ਸਭਾ ਦੇ ਵਿੱਚ ਪਾਸ ਹੋ ਚੁੱਕਿਆ ਹੈ ਲੋਕ ਸਭਾ ਦੇ ਵਿੱਚ ਵੀ ਪਾਸ ਹੋ ਚੁੱਕਿਆ ਹੈ ਬਿੱਲ ਦੇ ਪੱਖ ਦੇ ਵਿੱਚ ਜਿਹੜਾ ਹੈਗਾ ਹੈ ਉਹ ਸਰਕਾਰ ਦਾਅਵੇ ਕਰ ਰਹੀ ਹੈ ਕਿ ਜਿਹੜੇ ਹੈਗੇ ਨੇ ਸ਼ਰਨਾਰਥੀ ਹੈਗੇ ਨੇ ਉਹਨਾਂ ਨੂੰ ਫਾਇਦਾ ਪਹੁੰਚ ਰਿਹਾ ਹੈ ਭਾਰਤ ਦੇ ਨਾਗਰਿਕਤਾਂ ਨੂੰ ਵੀ ਫਾਇਦਾ ਪਹੁੰਚੇਗਾ ਧਰਮ ਨਿਰਪੱਖਤਾ ਨੂੰ ਢਾਹ ਨਹੀਂ ਲੱਗ ਰਹੀ ਇਹ ਸਰਕਾਰ ਦਾਅਵੇ ਕਰ ਰਹੀ ਹੈ ਮੰਨਦੇ ਹੋ ਸਰਕਾਰ ਦੇ ਨਾਲ ਨਾਲ ਸਹਿਮਤੀ ਰੱਖਦੇ ਹੋ ਦੇਖੋ ਜਿਵੇਂ ਸਾਡੇ ਦੇਸ਼ ਵਿੱਚ ਪਾਕਿਸਤਾਨ afghanistan ਬੰਗਲਾਦੇਸ਼ ਤੋਂ ਪੁਰਾਣੇ ਪੁਰਾਣੇ ਸਾਲਾਂ ਤੋਂ ਸਨਾਰਥੀ ਆਏ ਹੋਏ ਐ ਇੱਥੇ ਚਲੋ ਇੱਕ ਤਰ੍ਹਾਂ ਉਹਨਾਂ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਮਿਲ ਜੂਗੀ ਨਾਗਰਿਕਤਾ ਮਿਲ ਜੂਗੀ ਪਰ ਕਿਤੇ ਨਾ ਕਿਤੇ ਆਰਟੀਕਲ ਜੋ 14 ਤੋਂ 80 ਤੱਕ ਦੇਖੀ ਆਪ ਨੂੰ ਇੱਕ ਆਪਣੇ ਫੰਡਾਮੈਂਟਲ ਰਾਈਟ ਵਿੱਚ ਆਪਣਾ ਕੁਆਲਟੀ ਉਹ ਦਿੱਤੀ ਗਈ ਹੈ ਪਰ ਕਿਤਨੇ ਕਿਤੇ ਇਹ ਆਪਣੇ ਸੰਵਿਧਾਨ ਦੇ ਆਰਟੀਕਲ 14 ਨੂੰ ਕਿਤੇ ਨਾ ਕਿਤੇ ਇਹ ਉਲੰਘਣਾ ਕਰ ਰਿਹਾ ਉਹਦੀ ਕਿਉਂਕਿ ਉਹਨਾਂ ਵਿੱਚੋਂ ਇਹ ਮੁਸਲਮਾਨ ਨੂੰ ਬਿਲਕੁਲ ਉਹ ਵੱਖ ਰੱਖ ਰਹੇ ਆ ਜੋ ਵੀ ਅਫਗਾਨਿਸਤਾਨ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਤੋਂ ਆਪਣੇ ਬੋਧੀ ਜੈਨੀ ਹਿੰਦੂ ਆਏ ਉਹਨਾਂ ਨੂੰ ਉਹ ਦੇ ਰਹੇ ਆ ਮੇਰੇ ਸਾਮਣੇ ਜੇ ਇਹ ਇੰਡੀਆ ਵਿੱਚ ਇਹਨਾਂ ਨੇ ਹੁਣ ਪਾਸ ਕੀਤਾ ਇਹਦੇ ਵਿੱਚ ਇਹ ਮੁਸਲਮਾਨਾਂ ਨੂੰ ਵੀ ਨਾਂ ਲਿਖ ਕੇ ਆਂਦੇ ਤੁਹਾਨੂੰ ਲੱਗ ਰਿਹਾ ਕਿ ਫਿਲਹਾਲ ਇਹ ਬਿੱਲ ਇੱਕ ਪਾਸੜ ਲੱਗ ਰਿਹਾ ਤੁਹਾਨੂੰ ਕਿਤੇ ਨਾ ਕਿਤੇ ਹਾਂਜੀ ਦੇਖੋ ਜਿਵੇਂ ਹੁਣ ਇਹਨਾਂ ਨੇ ਮੁਸਲਮਾਨਾ ਬਰਕਤ ਹੈ ਵੀ ਉਹ ਆਪਣੇ ਕੰਟਰੀ ਰਿਟਰਨ ਜਿਹਦੇ ਜਿਵੇਂ ਬੰਗਲਾਦੇਸ਼ ਇੱਕ ਇਸਲਾਮਿਕ ਕੰਟਰੀ ਹੈ ਅਫਗਾਨਿਸਤਾਨ ਵੀ ਇੱਕ ਇਸਲਾਮਿਕ ਕੰਟਰੀ ਹੈ ਤੇ ਪਾਕਿਸਤਾਨ ਵੀ ਵੀ ਉੱਥੇ ਮੁਸਲਮਾਨਾ ਮੁਸਲਮਾਨ ਘੱਟ ਗਿਣਤੇ ਵਿੱਚ ਨਹੀਂ ਉੱਥੇ ਜ਼ਿਆਦਾ ਮੈਂਟੀ ਮੁਸਲਮਾਨ ਉੱਥੇ ਸੇਫ ਨੇ ਕਿਹੜੇ ਉੱਥੇ ਹਿੰਦੂ ਨੇ ਆ ਬੋਧੀ ਨੇ ਜੰਨੀ ਨੇ ਉਹ ਉੱਥੇ ਸੇਫ ਨਹੀਂ ਹੈ ਇਸ ਕਰਕੇ ਉਹ ਇੰਡੀਆ ਵਿੱਚ ਇਹਨਾਂ ਨੂੰ ਇਹ ਇਸ ਬਿਲ ਦੇ ਅੰਡਰ ਇਹ ਉਹਨਾਂ ਨੂੰ ਇਹ ਨਾਗਰਿਕਤਾ ਦੇ ਰਹੇ ਨਾਟ ਉਹ ਮੁਸਲਮਾਨ ਅੱਛਾ ਜੇਕਰ ਗੱਲ ਦੂਜੀ ਕੀਤੀ ਜਾਵੇ ਜੇਕਰ ਉਹਨਾਂ ਸ਼ਰਨਾਰਥੀਆਂ ਨੂੰ ਜਿਹੜੇ ਗੈਰ ਕਾਨੂੰਨੀ ਤੌਰ ਦੇ ਉੱਤੇ ਪਾਏ ਗਏ ਜਾਂ ਫਿਰ ਜਿਹੜੇ ਸ਼ਰਨਾਰਥੀਆਂ ਨੂੰ ਭਾਰਤ ਭਾਰਤ ਦੇ ਵਿੱਚੋਂ ਕੱਢੇਗਾ ਤਾਂ ਉਹ ਸ਼ਰਨਾਰਥੀ ਜਾਣਗੇ ਕਿੱਥੇ ਜੇਕਰ ਦੂਜੇ ਦੇਸ਼ਾਂ ਨੇ ਵੀ ਉਹਨਾਂ ਨੂੰ ਅਸੈਪਟ ਨਾ ਕੀਤਾ ਤਾਂ ਫਿਰ ਉਹਨਾਂ ਦਾ ਕੀ ਬਣੂਗਾ ਇਹ ਵੀ ਸਵਾਲ ਹੈਗਾ ਦੇਖੋ ਦੇਖੋ ਜਿਹੜਾ ਇੰਡੀਆ ਗਵਰਨਮੈਂਟ ਨੇ ਉਹਨੂੰ ਆਈਡੈਂਟੀਫਾਈ ਕਰਕੇ ਵੀ ਉਹ ਐਵੇਂ ਹੈ ਹਨਾ ਆਪਾਂ ਇਹ ਟੈਰਰਿਸਟ ਨਾਲ ਸੰਬੰਧਤ ਹੈ ਤੇ ਇੰਡੀਆ ਕੱਢੂਗਾ ਉਹਨਾਂ ਦੀ ਅਗਲੇ ਅਗਲੀ ਕੰਟਰੀ ਦੀ ਗਵਰਨਮੈਂਟ ਐਕਸੈਪਟ ਨਹੀਂ ਕਰਦੀ ਤਾਂ ਦਾ ਫਿਰ ਉਹਨਾਂ ਨੂੰ ਯੂਨੋ ਵਗੈਰਾ ਵਿੱਚੇ ਉਹ ਜਾ ਕੇ ਕੁਝ ਇਨਸਾਫ ਮਿਲ ਸਕਦਾ ਏ ਮਦਰਬਾਪ ਦੇਖੋ ਸਰਕਾਰਾਂ ਤਾਂ ਉਹਨਾਂ ਵਾਸਤੇ ਕੁਝ ਸੋਚ ਨਹੀਂ ਰਹੀਆਂ ਬਹੁਤ ਬਹੁਤ ਧੰਨਵਾਦ ਸਾਡਾ ਗੱਲਬਾਤ ਕਰਨ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਹੈ ਤੁਹਾਡਾ ਹਰਸ਼ ਸ਼ਰਮਾ ਹਰਸ਼ ਨਾਗਰਿਕਤਾ ਸੋਧ ਬਿਲ ਪਾਸ ਹੋਇਆ ਹੈਗਾ ਸਹਿਮਤੀ ਰੱਖਦੇ ਹੋ ਸਹੀ ਫੈਸਲਾ ਸਰਕਾਰ ਦਾ ਜਾਂ ਫਿਰ ਸਰਕਾਰ ਨੂੰ ਇਸ ਬਿਲ ਨੂੰ ਲਾਗੂ ਕਰਨ ਤੋਂ ਪਹਿਲਾਂ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਸੀ ਦੇਸ਼ ਦੇ ਨਾਗਰਿਕਤਾ ਦਾ ਜਿਹੜਾ ਹੈਗਾ ਏ ਉਹ رائے ਲੈਣੀ ਚਾਹੀਦੀ ਸੀ ਕਿਵੇਂ ਦਾ ਫੈਸਲਾ ਹੈਗਾ ਇਹ ਫੈਸਲਾ ਜਿਹੜਾ ਸਰਕਾਰ ਕਰ ਰਹੀ ਏ ਇਹਦੇ ਪਹਿਲੇ ਇਹਨਾਂ ਨੂੰ ਮਤਲਬ ਸੋਚਣਾ ਚਾਹੀਦਾ ਸੀ ਕਿਉਂਕਿ ਜਿਵੇਂ ਬਾਈ ਨੇ ਦੱਸਿਆ ਆਰਟੀਕਲ 14 ਦੀ ਉਲੰਘਣਾ ਹੋ ਰਹੀ ਹੈ ਇਕਵੈਲਿਟੀ ਜਿਹੜੀ ਆਪਾਂ ਕਹਿੰਦੇ ਆ ਉਹ ਨਹੀਂ ਲੱਗ ਰਹੀ ਤੇ ਇਹਦੀ ਇਕਵੈਲਿਟੀ ਕਿਉਂਕਿ ਪਰਟੀਕੂਲਰ ਮੁਸਲਿਮ ਨੂੰ ਹੀ ਇਹਨੇ ਤੇ ਪੁਆਇੰਟ ਆਊਟ ਕੀਤਾ ਜਾ ਰਿਹਾ ਹੈ ਜਿਵੇਂ ਅਸੀਂ ਪ੍ਰੀਅੰਬਲ 'ਚ ਇੱਕ ਸੈਕੂਲਰ ਵਰਡ ਹੈ ਹੈਗਾ ਸਾਡੇ ਜੀ ਸੈਕੂਲਰ ਵਰਡ ਹੁੰਦਾ ਮਤਲਬ ਸਾਰੇ ਰਿਲੀਜੀਅਨਾਂ ਨੂੰ ਇਕੱਠੇ ਕਰਨਾ ਇਹ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਪਰਟੀਕੂਲਰ ਰਿਲੀਜੀਅਨ ਦੇ ਲਈ ਕਿਉਂਕਿ ਅਸੀਂ ਖਾਲੀ ਮੁਸਲਿਮ ਕੋ ਦੇਖ ਰਹੇ ਹਾਂ ਅਗਰ ਅਸੀਂ ਦੇਖੇ শ্রীলੰਕਾ ਮੇ ਜੋ ਤਮਿਲ শ্রীলੰਕਾ ਸੇ ਤਮਿਲ ਸਾਥੀ ਹੈਨ ਕੇ ਅਗੇਂਸ ਕੁਛ ਨਹੀਂ ਹੋ ਰਹਾ ਜੋ ਅਮਦੀਆ ਕਮਿਊਨਿਟੀ ਹੈ ਆਪਣੀ ਸ਼ੀਆ ਅਮਦੀਆ ਕਮਿਊਨਿਟੀ ਵਹਾਂ ਸੇ ਨਹੀਂ ਹੋ ਰਹਾ ਮੈਨ ਮਾਰਚ ਜੋ ਰੋਹਿੰਗਿਆ ਹੈ ਉਹਨਕੇ ਸਾਥ ਕੁਛ ਨਹੀਂ ਹੋ ਰਹਾ ਪਰਟੀਕੂਲਰ ਅਫਗਾਨਿਸਤਾਨ ਪਾਕਿਸਤਾਨ ਔਰ ਬੰਗਲਾਦੇਸ਼ ਕੇ ਸਾਥ ਹੋ ਰਹਾ ਔਰ ਜੋ ਹਮ ਇਹ ਦੇ तो वहाँ से पर्शियन अपने बुद्धिस्ट जैनिज्म हिंदू सबको मिलेगा पर वहाँ पे अगर हम ये सिटीजनशिप बिल लेके आएंगे वहाँ पे भी मुस्लिम कम्युनिटी दूर कर रहे हैं। तो पर्टिकुलर ये कास्ट है मतलब रिलीजन हेटेटिजम एक तरह से कि हम उनको हेट कर रहे हैं अपनी कंट्री से बाहर डंप कर रहे हैं उनको सिटीजनशिप देने के लिए मतलब मैं सेटिसफाई नहीं हूँ इस बिल से बहुत बहुत धन्यवाद साढ़े ना गलबात करने के लिए कुछ होर विद्यार्थी भी है सत श्रीकाल जी की नाम है ਅਵਿਲਾਸ਼ ਮੈਂ ਅਸਾਮ ਸੇ ਹੂੰ ਅੱਛਾ ਤੁਸੀਂ ਅਸਾਮ ਤੋਂ ਹੈਗੇ ਆ ਅੱਛਾ ਜਿਸ ਤਰੀਕੇ ਦੇ ਨਾਲ ਨਾਗਰਿਕਤਾ ਸੋਧ ਬਿੱਲ ਪਾਸ ਕੀਤਾ ਗਿਆ ਹੈ ਹਾਲਾਂਕਿ ਪਹਿਲਾਂ ਵੀ ਮੈਂ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਉਹ ਕਹਿ ਰਹੇ ਨੇ ਕਿ ਤਾਨਾਸ਼ਾਹੀ ਫੈਸਲਾ ਹੈਗਾ ਤੱਕੇ ਦੇ ਨਾਲ ਜਿਹੜਾ ਲਾਗੂ ਕੀਤਾ ਗਿਆ ਸੋਚਣਾ ਚਾਹੀਦਾ ਸੀਗਾ ਸਰਕਾਰ ਇੱਕ ਧਿਰ ਨੂੰ ਟਾਰਗੇਟ ਕਰ ਰਹੀ ਹੈ ਇਸ ਬਿੱਲ ਦੇ ਨਾਲ ਕਿਸ ਤਰੀਕੇ ਦੇ ਨਾਲ ਦੇਸ਼ ਦੀ ਜਨਤਾ ਨੂੰ ਜਾਂ ਫਿਰ ਸ਼ਰਨਾਰਥੀਆਂ ਨੂੰ ਫਾਇਦਾ ਪਹੁੰਚੇਗਾ ਜਾਂ ਫਿਰ ਜਿਹੜਾ ਹੈਗਾ ਹੈ ਉਹ ਨੁਕਸਾਨ ਹੋਵੇਗਾ अगर मैं असम से हूँ तो अगर आप लोग हमारे कॉन्टेक्स में देखिए तो हमें आप लोग को देखना देखना पड़ेगा कि ऑलरेडी हम लोग के कल्चर पे कितना एक बड़ा थ्रेट है ऑलरेडी हम लोग के वहाँ पे एनआरसी लागू किया गया जो एक बीजेपी का फेलियर माना जाएगा उसके ऊपर ऑलरेडी हम लोग के ऊपर हिंदू बांग्लादेशीज का जो थ्रेट आज मंडरा रहा है कि सिटीजनशिप अमेंडमेंट बिल पास हो गया वो हम लोग का कल्चर के लिए एक थ्रेट है हम लोग का डेमोग्राफी के लिए एक थ्रेट है हम लोग का इकोनॉमी के लिए एक थ्रेट है, है इंडिया का पॉपुलेशन आज कितना है सबको मालूम है तो उसके ऊपर अगर हम लोग और लोग लेंगे तो इकोनॉमी कैसे चलेगा दूसरी बात आज नॉर्थ ईस्ट में हर स्टेट में प्रोटेस्ट चल रहा है त्रिपुरा में त्रिपुरी लोग आज माइनॉरिटी में हैं बांग्लादेशी लोग आज मेजोरिटी में हैं आज आठ लोगों को पीटा गया बांग्लादेशियों ने आठ त्रिपुरी लोगों को पीटा आज असम में सुबह सुबह दो लोगों की जान गई

देखिए बिल तो पहली बार अनकॉन्स्टिट्यूशनल है इंडिया कभी कोई रिलीजियस लाइन पे तो नहीं बना था और उसके ऊपर अगर देखा जाए सिर्फ पांच रिलीजन के ऊपर आप बात करें मुस्लिम को हटा रहे यहाँ के लोग बोल रहे हैं कि मुस्लिम लोगों को भी वहाँ उस बिल पे होना चाहिए था लेकिन हम लोग का ये बात म, म, हम लोग बोलना चाहते हैं कि अगर आप रिपोर्ट्स देखें बांग्लादेश देखे, में माइनॉरिटी सेफ़र है देन इन इंडिया तो मोदी जी कौन सा बात कर रहे हैं कि हम लोग शरणार्थियों को लाएंगे पहले अपने माइनॉरिटीज़ का ख्याल रखिए उसके बाद दूसरे माइनॉरिटीज़ का तो बात जेडे पंजा भारत मनॉरिटीज़ है घट गिनती है वो सुरक्षित नहीं है उन्होंने ख्याल नहीं रखा जाता बिल्कुल भी नहीं आप रिसेंट रिपोर्ट्स में देखिए लिंचिंग्स पर देख लीजिए बीफ बीफ के नाम पर जो लिंचिंग्स होते हैं उस पर देख लीजिए बाबरी मस्जिद के नाम पर जो लिंचिंग्स होते हैं उसको देख लीजिए Uh, क्या क्या गालियाँ दे देते दे जाते रहे हैं मैं नौ खुद नोटिस से हूँ नोटिस के लोगों को क्या बोला जा रहा है नोटिस के लोगों का आवाज़ को बिल्कुल भी नहीं सुना जा रहा है उसके बाद आप लोग कैसे बोल सकते हैं कि इंडिया में माइनॉरिटिया सुरक्षित है पंजाब के बच्चे किस तरह का वर्तारा हूँ तो, तो, तो uh, पंजाब में अभी uh, देखिए मैं तो आसाम से हूँ मेरा एक साल ही हुआ है तो मैं इतना कुछ नहीं बोल सकता हूँ लेकिन मुझे लगता है पंजाब के लोगों को भी समझना पड़ेगा कि वो लोग पहले भारतीय है तो पहली बात कि इकोनॉमी का हालत ऑलरेडी इतना ठप हो चुका है ਪੋਪੂਲੇਸ਼ਨ ਐਕਸਪਲੋਸ਼ਨ ਇੱਕ ਬੜਾ ਮੁੱਦਾ ਹੈ ਤਾਂ ਉਸਕੇ ਉਪਰ ਆਪ ਲੋਕੋ ਨੂੰ ਦੇਖਣਾ ਪੜੇਗਾ ਕਿ ਹੋਰ ਪੋਪੂਲੇਸ਼ਨ ਹਮ ਲੋਗ ਲੈ ਸਕਤੇ ਹੈ ਕਿ ਨਹੀਂ ਇਹ ਬਹੁਤ ਬਹੁਤ ਧੰਨਵਾਦ ਸੜਨਾ ਗੱਲਬਾਤ ਕਰਨ ਦੇ ਲਈ ਸੋ ਲਗਾਤਾਰ ਨੌਜਵਾਨਾਂ ਦੇ ਨਾਲ ਹਰ ਵਰਗ ਦੇ ਨਾਲ ਕੋਸ਼ਿਸ਼ ਕਰੀ ਹੈ ਗੱਲਬਾਤ ਕਰਨ ਦੀ ਪਰ ਸਭ ਨੇ ਇੱਕੋ ਸੁਰ ਹੋ ਕੇ ਗੱਲ ਕਹੀ ਹੈ ਕਿ ਕਿਤਨਾ ਕਿਤੇ ਇਸ ਬਿੱਲ ਨੂੰ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਹੈ ਇਸ ਦੇ ਵਿੱਚ ਸੋਧ ਕਰਨ ਦੀ ਲੋੜ ਹੈਗੀ ਹੈ ਤੇ ਨਾਲ ਦੀ ਨਾਲ ਮੰਗ ਕੀਤੀ ਗਈ ਹੈ ਕਿ ਇਸ ਬਿੱਲ ਦੇ ਨਾਲ ਧਰਮ ਦੀ ਜਿਹੜੀ ਨਿਰਪੱਖਤਾ ਹੈਗੀ ਹੈ ਭਾਰਤ ਦੀ ਧਰਮ ਨਿਰਪੱਖਤਾ ਦੀ ਜਿਹੜਾ ਅਕਸ ਹੈਗਾ ਉਸ ਨੂੰ ਢਾਹ ਲੱਗ ਰਹੀ ਹੈ ਕੇਂਦਰ ਸਰਕਾਰ ਦੇ ਵੱਲੋਂ ਲਿਆ ਗਿਆ ਇਹ ਫੈਸਲਾ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਨੂੰ ਗਲਤ ਲੱਗ ਰਿਹਾ ਹੈ ਤੇ ਨੌਜਵਾਨਾਂ ਦੀ ਮੰਗ ਹੈਗੀ ਹੈ ਕਿ ਇਸ ਬਿੱਲ ਨੂੰ ਦਰੁਸਤ ਕਰਨਾ ਚਾਹੀਦਾ ਹੈ ਤੇ ਹਰ ਇੱਕ ਧਰਮ ਨੂੰ ਬਰਾਬਰੀ ਦਾ ਅਧਿਕਾਰ ਇਸ ਬਿੱਲ ਦੇ ਤਹਿਤ ਮਿਲਣਾ ਚਾਹੀਦਾ ਤੇ ਜਿਹੜੇ ਸ਼ਰਨਾਰਥੀ ਹੈਗੇ ਨੇ ਕਿਤਨਾ ਕਿਤੇ ਮੁਸਲਮਾਨ ਮੁਸਲਮਾਨ ਧਰਮ ਨੂੰ ਇਸ ਦੇ ਵਿੱਚ ਫੋਕਸ ਨਹੀਂ ਕਰਨਾ ਚਾਹੀਦਾ ਸਾਰੇ ਧਰਮ ਜਿਹੜੇ ਧਰਮ ਹੈਗੇ ਨੇ ਉਹਨਾਂ ਨੂੰ ਬਰਾਬਰੀ ਦਾ ਅਧਿਕਾਰ ਦੇਸ਼ ਦਾ ਸੰਵਿਧਾਨ ਦਿੰਦਾ ਹੈਗਾ ਸੋ ਅੱਜ ਦੇ ਪੰਜਾਬ ਬੋਲਡਾ ਦੇ ਵਿੱਚ ਬੱਸ ਇੰਨਾ ਹੀ ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ ਧੰਨਵਾਦ